اعوذ باللہ من الشیطٰن الرجیم بسم اللہ الرحمن الرحیم دوستو تے میرے اسلامی بہن بھائیو تانوں پتہ ہے رمضان شریف دا مہینہ گزردا جا رہا ہے تے اج اینو خالی نہ جان دیئے ایں دے نیکیاں کمان دی کوشش کریے جنیاں نیکیاں مہتاں پتہ اج کل ایک دفعہ اللہ کو تے 10 نیکیاں ملدیاں 10 تے اس لیے بچو اج تانوں میں نیکیاں کمان دا ਇੱਕ ਦਿਨੇ ਵਿੱਚ ਤੁਸੀਂ 10 ਲੱਖ ਨੇਕੀ ਕਮਾਉਦੇ। ਕੀ ਮਜ਼ਾ। ਹੋ ਰਾਜ ਅਗਰ ਰਮਜ਼ਾਨ ਸ਼ਰੀਫ ਹੈ। ਅੱਜ ਕੱਲ ਦੇ ਇੱਕ ਦਫਾ ਅੱਲਾਹ ਕੋ ਤੇ 7 ਗੁਣਾ ਜ਼ਿਆਦਾ ਸਵਾਬ ਮਿਲਦਾ ਜੇ ਤੁਹਾਨੂੰ ਦੱਸਾਂ। 70 ਗੁਣਾ। ਤੁਸੀਂ 1 ਲੱਖ ਦਫਾ ਗੋਗੋ ਤੇ 70 ਲੱਖ ਦਫਾ ਇੱਕ ਦਿਨ ਚ ਤੁਸੀਂ ਇਨਸ਼ਾਅੱਲਾ ਸਵਾਬ ਤੁਹਾਨੂੰ ਮਿਲੇਗਾ ਜੀ ਤੇ ਨੇਕੀਆਂ ਮਿਲਣਗੀਆਂ। ਤੇ ਮੇਰੇ ਬੱਚੋ ਬਜ਼ੁਰਗਾਂ ਦੀਨਾਂ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਨੇਕੋ ਕਰਕੇ ਆ ਗਿਆ। ਉਹ ਇੱਕ ਦਿਹਾੜੀ ਦੇ ਸਵਾ ਸਵਾ ਲੱਖ ਸੁਲਤਾਨ ਬਹੁ ਸਰਕਾਰ 136000 ਦਫਾ ਜ਼ਿਕਰ ਕਰ ਲੈਂਦੇ ਸੀ ਅੱਲਾਹੁ ਦਾ ਤੇ ਇਸ ਲਈ ਬੱਚੋ ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਚਾਰ ਜ਼ਿਕਰ ਕਰਕੇ ਦੱਸਨੇ ਨੇ ਜਿਹੜਾ ਤੁਹਾਨੂੰ ਜ਼ਿਕਰ ਚੰਗਾ ਲੱਗਦਾ ਹੈ ਇੱਕ ਹਰ ਜ਼ਿਕਰ ਦਾ ਤੁਹਾਨੂੰ ਇਨਸ਼ਾ ਅੱਲਾਹ 10 ਨੇਕੀਆਂ ਤੁਹਾਨੂੰ ਮਿਲਣਗੀਆਂ ਲੋ ਦੋਸਤੋ ਪਹਿਲੇ ਤੁਹਾਨੂੰ ਮੈਂ ਸਭ ਤੋਂ ਪਹਿਲੇ ਇਲਾਹ ਤੁਹਾਨੂੰ ਪੜ ਕੇ ਦੱਸਣਾ ਮੈਂ ਠੀਕ ਹੈ ਇਲਾਹ ਤੁਸੀਂ ਕਿਸ ਨਾ ਪੜਨੀ ਹੈ ਸੀ ਪੜ੍ਹਨੇ ਕੇ ਲਈ ਇਹ ਹੈਗੀ ਹੈ ਦਰবেশਾਨਾ ਤਰੀਕਾ ਤੁਹਾਨੂੰ ਦੱਸ ਰਿਹਾ ਹੋਂਡ ਬੰਦ ਹੋਣਾ ਚਾਹੀਦੇ ਨੇ ਅੰਦਰ ਅੰਦਰ ਦੀ ਆਵਾਜ਼ ਆਵੇ ਅੰਦਰ ਅੰਦਰ ਪੜ੍ਹਦੇ ਫਿਰਨ ਪਾਸ ਦੇਖੋ ਕਿਸ ਤਰ੍ਹਾਂ ਪੜ੍ਹਨਾ ਹੈ ਕਿਹਾ ਦੇਖੋ ਹੋਂਡ ਬੰਦ ਹੋਣਾ ਚਾਹੀਦੇ ਅੱਖਾਂ ਬੰਦ ਕਰ ਲਓ ਬੇਸ਼ੱਕ ਤਸਵਰ ਦਿਨ ਲਾ ਕਰੋ ਆਪਣੇ ਮੁਰਸ਼ਿਦ ਤਸਵਰ ਕਰੋ ਬਹੁਤ ਆ ਫਾਇਦਾ ਲੈਣ ਦਾ ਮੁਰਸ਼ਿਦ ਦਾ ਤਸਵਰ ਰੱਖੋ ਮੁਰਸ਼ਿਦ ਮੇਰਾ ਦੇਖ ਰਿਹਾ ਮੈਂ ਮੁਰਸ਼ਿਦ ਨਾਲ ਬੈਠਾ ਹਾਂ ਇਸਮ ਕਰ ਰਿਹਾ ਤੇ ਪੜਨਾ ਕੀ ਦੇਖੋ لا اله الا الله محمد رسول الله بچو ਜਦੋਂ ਵੀ ਜ਼ਿਕਰ ਬੰਦ ਕਰੋ لا اله الا الله محمد رسول الله ਸੱਲਾ ਲਹਿ ਵਾਲ ਸਲਮ ਜ਼ਰੂਰ ਪੜਿਆ ਕਰੋ ਲੋ ਬੱਚੋ ਇੱਕ ਜ਼ਿਕਰ ਆ ਗਿਆ ਇੱਕ ਜ਼ਿਕਰ ਤੁਹਾਨੂੰ ਮੈਂ ਕਰਕੇ ਦੱਸਣਾ ਅੱਲਾ ਖਾਲਿਕ ਅੱਲਾ ਦੇਖੋ ਇਹਨੂੰ ਪੜਨਾ ਕਰਨਾ ਹੌਂਟ ਬੰਦ ਕਰਕੇ ਅੰਦਰ ਪੜਨਾ ਅੰਦਰ ਦੀ ਬਾਤ ਆਣੀ ਨਹੀਂ ਗਏ ਇਸ ਨਾਲ ਤੁਹਾਡੇ ਕਲਪ ਜਾਰੀ ਹੋ ਜਾਂਦਾ ਤੁਸੀਂ ਇਸਨੂੰ ਕੋਸ਼ਿਸ਼ ਕਰੋ ਕਿ ਕਲਪ ਜਾਰੀ ਹੋ ਜਾਂਦਾ ਇਹ ਦੇਖੋ لا الہ الا اللہ محمد رسول اللہ میرے بچوں ਤੁਸੀਂ ایک ورا اللہ کہنا ہے نا اللہ تے 10 نیکیاں ملدیاں 10 نیکیاں ملدیاں ਤੁਹਾਨੂੰ ਦੱਸਾਂ ਅੱਜ ਕੱਲ੍ਹ ਆ ਗਿਆ ਰਮضان شریف آج کل 7 ਗੁਣਾ ਵੱਧ ਜਾਂਦਾ ਕੰਮ ਸਵਾਦ ਦਾ ਵੀ ਤੁਸੀਂ ایک ورا کہنا 70 نیکیاں ਸਵਾਦ ਮੈ ਤੁਹਾਨੂੰ ਮਿਲਣਾ ਜੀ 70 ਤੇ ਬੱਚੋ ਤੁਸੀਂ اس انداز نہ ਕਰੋਗੇ صبح روزਾ ਰੱਖਣਾ ਹੁੰਦਾ صبح ਸਰ ਕੀ ਟਾਈਮ ਉੱਠ ਜਾਂਦੇ ਉਸ ਟਾਈਮ ਉੱਠ ਕੇ ਰੋਜ਼ਾ ਰੱਖ ਕੇ ਤਹਾਜਾ ਦੇ ਦੋ ਨਫਲ ਪੜ੍ਹ ਕੇ ਬਾਸ ਫੇਰ ਆਈ ਅੱਲਾ 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 ਬੱਚੋ ਇੱਕ ਘੰਟੇ ਵਿੱਚ 7 ਤੋਂ 8000 ਤੱਕ ਖਾਲੀ ਅੱਲਾ ਜ਼ਿਕਰ ਕਰ ਲੋਗੇ ਸੁਲਤਾਨ ਬਾਹੂ ਸਰਕਾਰ 36000 ਤੋਂ 1 ਲੱਖ 36000 ਕਰਦੇ ਹੁੰਦੇ ਸੀ ਤੇ ਦੇਖੋ ਉਹਨਾਂ ਨੂੰ ਕਿੰਨੇ ਲੱਖਾਂ ਦਾ ਸਵਾਦ ਮਿਲਦਾ ਹੁੰਦਾ ਸੀ ਤੇ ਮੇਰੇ ਬੱਚੋ ਇਹਨੂੰ ਤੁਸੀਂ ਅੱਲਾ ਅੱਲਾ ਜਿਹੜਾ ਨਾ ਇਹਨੂੰ ਪਕਾ ਲਓ ਤੇ ਤੁਸੀਂ انشاءاللہ ਸਾਰਾ ਦਿਨ ਤੁਸੀਂ ਕਾਢੋ ਲੱਖ ਦਫਾ ਜਰਾਮਨਾ ਤੁਸੀਂ ਪੜ ਲੋਗੇ ਬੱਚੋ ਬੜੇ ਆਰਾਮ ਨਾਲ ਪੜ ਲੈਂਦਾ ਬੰਦਾ ਠੀਕ ਹੈ ਤੇ ਲੱਖ ਦਾ ਮਤਲਬ 1 ਲੱਖ ਨੂੰ ਤੁਸੀਂ ਜ਼ਰਬ ਕਰੋ 10 ਨਾਲ 10 ਲੱਖ ਤੇ ਨੇਕੀ ਤੁਹਾਨੂੰ ਹਰ ਰੋਜ਼ ਮਿਲਣੀ ਮਿਲਣੀ ਹੈ ਨਾ ਤੇ ਜੇ 70 ਗੁਣਾ ਤੁਹਾਨੂੰ ਪਤਾ ਹੈ ਸਵਾਬ ਅੱਲਾਹ ਤਾਲਾ ਕਿ ਦਿੰਦਾ ਹੈ ਤੇ ਫਿਰ 70 ਲੱਖ ਇੱਕ ਦਿਨ ਦੇবে ਤੁਸੀਂ ਸਵਾਬ ਲੈ ਸਕੋ 70 ਦੇ ਕਿਨ ਸਵਾਬ ਬੱਚੋ ਬਜ਼ੁਰਗਾਂ ਦੀ ਨੇ ਸਹੀ ਕਰਦੇ ਰਹੇ ਨੇ ਉਹ ਐਵੇਂ ਉਹਨਾਂ ਨੇ ਕੋਈ ਨੇਕੋ ਕਾਰ ਨਹੀਂ ਕੀਤਾ ਇਸ ਕੋਲੋਂ ਨੇਕੋ ਕਾਰ ਕਰਦੇ 136000 ਸੁਲਤਾਨ ਬਾਉ ਸਰਕਾਰ ਪੜਦੇ ਨੇ ਅੱਲਾਹ ਹੋ ਦਾ ਜ਼ਿਕਰ ਲੋ ਬੱਚੋ ਹੁਣ ਤਨ ਮੈਂ ਅੱਲਾਹ ਕੱਪੜਾ ਦੱਸਣਾ ਹੈ ਉਹ ਇਸ ਤਰ੍ਹਾਂ ਪੜਨਾ ਕਰਨਾ ਜੇ ਹੋਣ ਬੰਦੀ ਰੱਖਣ ਅੰਦਰ ਆਵਾਜ਼ ਆਵੇ ਅੰਦਰ ਦੀ ਦੁਨੀਆ ਜਿਹੜੀ ਨਾ ਬਿਦਾਰ ਕਰੋ ਤਨ ਮੈਂ ਦੱਸ ਅੰਦਰ ਦੁਨੀਆ ਦੇਖੋ ਲਾਈ ਲਾਈ ਲਾ ਮੁਹੰਮਦ ਰਸੂਲ ਨਵਜੋ ਐ ਜਿਕ ਸultan bau sarkar ਕਰਦੇ ਰਹੇ ਨੇ ਕਹਿੰਦੇ ਨੇ ਸਾਰਾ ਸਾਰਾ ਦਿਨ sultan bau sarkar ਫਰਮਾਦੇ ਨੇ ਮੈਂ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਤਿਕਰ ਅੱਲਾਹੂ ਪੜਿਆ ਤਾਂ ਮੈਨੂੰ sultan bau ਦਾ ਲਕ ਮਿਲਿਆ ਬੱਚੋ sultan bau sarkar ਕਹਿੰਦੇ ਨੇ ਨਾ ਆਸਾਨ ਕੰਮ ਨਹੀਂ ਹੈਗਾ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਤਿਕਰ ਅਹਿਮ ਅੱਲਾਹੂ ਕੀ ਤਾਤ ਤਾਂ ਮੈਨੂੰ sultan bau ਦਾ ਲਕ ਮਿਲਿਆ ਜੀ ਇਸ ਲਈ ਬੱਚੋ ਬਜ਼ੁਰਗਾਂ ਦੇੰਦੇ ਨਕਸ਼ੇ ਨੂੰ ਚੱਲੋਗੇ ਤੇ ਨੇਕੋ ਕਾਰ ਹੋ ਜਾਓਗੇ ਤੁਹਾਨੂੰ ਮੈਂ ਦੱਸਦਾ ਇਸ ਲਈ ਨਮਾਜ਼ ਵੀ ਪੜੋ ਨਾਲ ਜ਼ਿਕਰ ਕਰੋ ਕੁਰਾਨ ਪੜੋ ਨਮਾਜ਼ ਪੜੋ ਔਰ ਜ਼ਿਕਰ ਕਰੋ ਅੱਲਾਹ ਤਾਲਾ ਵੀ ਇਹੀ ਕਹਿੰਦਾ ਹੈ ਵੀ ਜ਼ਿਕਰ ਕਰੋਠਦੇ ਆ ਬੈਠਦੇ ਆ ਖਲੋਂਦੇ ਆ ਜ਼ਿਕਰ ਕਰੋ ਮੇਰਾ ਤੇ ਬੱਚੋ ਜ਼ਿਕਰ ਕਰੋ ਜ਼ਿਕਰ ਚ ਬੋੜੀਆਂ ਬੜਕਤਾਂ ਨੇ ਉਹ ਜ਼ਿੰਦਗੀ ਚ ਕੰਮ ਹੋ ਜਾਏ ਜੇ ਤੁਸੀਂ ਨਾ ਸੋਚੋਗੇ ਤੇ ਇਨਸ਼ਾ ਅੱਲਾ ਤੁਸੀਂ ਉਹ ਕਰਨੇ ਸ਼ੁਰੂ ਹੋਏਂਗਾ ਐਸੀਆਂ ਬਰਕਤਾਂ ਤੁਹਾਡੇ ਨਾਲ ਆਜ਼ਰ ਹੁੰਦੀਆਂ ਲੋ ਬੱਚੋ ਤانوں ਤਿੰਨ ਜ਼ਿਕਰ ਦੱਸਦੇ ਹਾਂ ਤانوں ਮੈਂ ਜ਼ਿਕਰ ਕਰਕੇ ਦੱਸਾਂ ਜਾਂ ਮੈਨੂੰ ਬੜਾ ਪਸੰਦ ਹੈ ਤੇ ਇਨਸ਼ਾਅੱਲਾ ਤੁਹਾਨੂੰ ਵੀ ਪਸੰਦ ਆਏਗਾ ਯਾ ਅੱਲਾ ਯਾ ਹੂ ਦੋਸਤੋ ਬਹੁਤ ਪਿਆਰਾ ਜ਼ਿਕਰ ਜੇ ਲੇਕਿਨ ਇਹ ਪੜਨਾ ਹਜ਼ਰ ਜ਼ਰੂਰ ਜੀ ਤੁਹਾਨੂੰ ਮੈਂ ਦੱਸਦਾ ਠੀਕ ਹੈ ਜਿਹਨੇ ਇਹ ਪੜਨਾ ਹੈ ਉਹਨੇ ਜ਼ਰੂਰ ਲੈਣੀ ਮੈਂ ਦੱਸ ਮੇਰੇ ਕੋਲ ਇਹ ਵੇਖੋ ਪੜਨਾ ਕੀ ਹੈ لا 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 محمد رسول اللہ بچوں ਅੱਖਾਂ ਬੰਦ ਕਰਕੇ ਪੜੋ ਤਸਵਰ ਆਪਣੇ ਪੀਰ ਦਾ ਕਰੋ ਜਾਂ ਇਸਮ ਦਾ ਕਰ ਲੋ ਦੋਨਾਂ ਇੱਕ ਇੱਕ ਤਸਵਰ ਜ਼ਰੂਰ ਕਰਨਾ ਜੇ ਤੇ ਬੱਚੋ ਫਿਰ ਬਰਕਤਾਂ ਹੀ ਬਰਕਤਾਂ ਤੇ ਨੇਕੀਆਂ ਨੇਕੀਆਂ ਉਹ ਬੱਚੋ ਇਹਨੂੰ ਪੜੋ ਤੁਹਾਨੂੰ ਦੱਸਿਆ ਇੱਕ ਦਫਾ ਅੱਲਾਹ ਕਹਿੰਦਾ 10 ਨੇਕੀਆਂ ਸਵਾ ਮਿਲਦਾ ਜੇ ਤੇ ਅੱਜ ਕਾ ਰਮਜ਼ਾਨ شریف ਇਹਦਾ 7 ਗੁਣਾ ਵੱਧ ਜਾਂਦਾ ਜੇ 70 ਦਫਾ ਸਵਾ ਮਿਲਦਾ ਇੱਕ ਦਫਾ ਅੱਲਾਹ ਕਹਿੰਦਾ ਤੇ ਮੇਰੇ ਦੋਸਤੋ ਤੇ ਮੇਰੇ ਬੱਚੋ ਮੇਰੇ ਰੋਹਾਨੀ ਬੱਚੋ ਪੂਰੇ ਵੱਲ ਲੱਗੇ ਦਰਖਾਸਤ ਕਰਨਾ ਮੇ ਰਮਜ਼ਾਨ ਦਾ ਮਹੀਨਾ ਅਥੋਨਾ ਨਿਕਲਦੇ ਹੋ ਇਹਨੂੰ ਪੜੋ 1 ਲੱਖ ਦਫਾ ਇਹਨੂੰ ਪੜੋ ਤੇ 70 ਲੱਖ ਦਾ ਸਵਾਬ ਲਓ ਇੱਕ ਦਿਨ ਦੇ ਵਿੱਚ ਲੋ ਬੱਚੋ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤੇ ਇਹਨੂੰ ਸਬਸਕ੍ਰਾਈਬ ਕਰਨਾ ਔਰ ਲਾਈਕ ਵੀ ਕਰਨਾ ਜੀ ਔਰ ਜੋ ਤੁਸੀਂ ਪੁੱਛਣਾ ਪਚਾਣਾ WhatsApp ਨੰਬਰ ਤੇ ਆਪਣੇ ਸਵਾਲ ਕਰਕੇ ਪੁੱਛ ਸਕਦੇ ਹੋ ਲੋ ਬੱਚੋ ਅਸਲਾਮੁਅਲੈਕ